सुनती वो बिछड़ जाए तो एक सपना लगता है। ऐसे में कोई अपना कैसे रूठे कैसे और कैसे कोई सोच ले जिंदा भी ओके। ਆਦਿਤਿ ਜੀ ਤੁਹਾਨੂੰ ਕਿਵੇਂ ਟਾਈਮ ਮਿਲ ਗਿਆ ਇਸ਼ਕ ਮੁਸ਼ਕ ਦੇ ਮਤਲਬ ਚੱਕਰਾਂ ਦੇ ਵਿੱਚ ਪੈ ਗਏ ਤੁਸੀਂ? ਬਸ ਯਾਰ ਐਕਚੁਅਲੀ ਰੀਅਲ ਲਾਈਫ 'ਚ ਕੁਝ ਹੋ ਨਹੀਂ ਸੀ ਰਿਹਾ ਇਸ਼ਕ ਵਿਸ਼ਕ 'ਚ ਤੇ ਮੈਂ ਸੋਚਿਆ ਚਲੋ ਇਸ਼ਕ ਤੇ ਮੁਸ਼ਕ ਮੁਸ਼ਕ ਕਿਹਾ ਸੀ ਉਹਨਾਂ ਨੇ ਕੀ ਹੁੰਦਾ ਮੁਸ਼ਕ ਉਹੀ ਤਾਂ ਮੈਂ ਮੁਸ਼ਕ ਹੁੰਦਾ ਬੋ ਵੀ ਆ ਜਾਂਦੀ ਨਾ ਕਦੀ ਕਦੀ ਯਾਰ ਦੇਖੋ ਬੋ ਦਾ ਪੱਕ ਜਾਂਦਾ ਉਹ ਵਾਲਾ ਬੋ ਹੈ ਪੱਕ ਜਾਂਦਾ ਕਹਿੰਦੇ ਇਸ਼ਕ ਤੇ ਮੁਸ਼ਕ ਲੁਕਾਇਆ ਨਹੀਂ ਉਹ ਲੁੱਕ ਦੇ ਜਿੰਨਾ ਮਰਜ਼ੀ ਕਹਦੇ ਮੈਂ ਨਹੀਂ ਮਾਰਿਆ ਮੈਂ ਨਹੀਂ ਸੀ। ਅਮਰਿੰਦਰ ਗਿੱਲ ਭਾਜੀ ਦੇ ਗਾਣੇ ਬਹੁਤ ਸਾਰੇ ਗਾਣੇ ਵੀ ਹੋ ਹਨਾ, ਸੋ ਇੱਕ ਮੁਹੱਬਤ ਵਾਲੀ ਗੱਲ ਆ ਹਨਾ, ਕਿ ਕਿਉਂ ਜ਼ਾਹਿਰ ਜੀ ਗੱਲ ਹੈ ਅਮਰਿੰਦਰ ਗਿੱਲ ਭਾਜੀ ਨੇ ਕਦੇ ਨਹੀਂ ਕਿਹਾ ਹੋਣਾ ਕਿ ਤੂੰ ਮੇਰਾ ਗਾਣਾ ਕਿਉਂ ਗਾਇਆ। ਨਹੀਂ ਨਹੀਂ ਬਿਲਕੁਲ, ਉਹ ਤੁਸੀਂ ਆਪਣੇ ਸਟਾਈਲ ਦੇ ਵਿੱਚ ਗਾਉਂਦੇ ਹੋ, ਉਹਨਾਂ ਦਾ ਸਗੋਂ ਮੈਨੂੰ ਮੈਸੇਜ ਆਉਂਦਾ ਹੁੰਦਾ ਕਿ ਯਾਰ ਬੜੇ ਵਧੀਆ ਕਰਦਾ ਤੂੰ ਤਾਂ, ਹਾਂ ਤੁਹਾਨੂੰ ਕਿਉਂਕਿ ਮੈਂ ਵੀਰੇ ਦਾ ਬਹੁਤ ਕੱਟੜ ਫੈਨ ਟਾਈਪ ਫੀਲਿੰਗ ਆ ਮੈਂ ਸ਼ੁਰੂ ਤੋਂ ਹੀ ਅਮਰਿੰਦਰ ਵੀਰੇ ਨੂੰ ਹੀ, ਮੈਨੂੰ ਮੈਨੂੰ ਉਹਨਾਂ ਦਾ ਗਾਣਾ ਉਹਨਾਂ ਦਾ ਲਾਈਫ ਸਟਾਈਲ ਜਿਹਨੇ ਸਿੰਪਲ ਆ ਉਹ ਬਹੁਤ ਬੈਸਟ ਚੀਜ਼ ਲੱਗਦੀ ਆ ਨਾਲ। ਸੋਰੀ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਹਾਂ ਆਡੀਅੰਸ ਨੂੰ ਵੀ, ਜਿਹਨਾਂ ਨੂੰ ਨਹੀਂ ਪਤਾ ਕਿ ਭਾਜੀ ਮਲੇਰਕੋਟਲੇ ਤੋਂ ਨੇ ਔਰ ਮੈਨੂੰ ਦਿੱਲੀ ਔਰ ਮਲੇਰਕੋਟਲਾ ਦੀ ਗਲੀਆਂ ਨਾਲ ਬਹੁਤ ਪਿਆਰ ਆ, ਬਹੁਤ ਇਸ਼ਕ ਆ, ਬਹੁਤ ਪਸੰਦ ਮਲੇ, ਆਈ ਲਵ ਮਲੇ। ਸੋ ਤੁਸੀਂ ਉਸ ਸ਼ਹਿਰ ਤੋਂ ਹੋ ਤੇ ਮਤਲਬ ਨੋ ਡਾਊਟ ਮਲੇਰਕੋਟ ਦਾ ਜਿਹੜਾ ਸਾਡਾ ਸ਼ਹਿਰ ਆ ਉਹ ਪੀਰਾਂ ਦੀ ਧਰਤੀ ਆ। ਸਤਿ ਸ਼੍ਰੀ ਅਕਾਲ ਜੀ, ਫੇਮਸ ਪੰਜਾਬ ਟੀਵੀ ਨੂੰ ਤੁਸੀਂ ਵੇਖ ਰਹੇ ਹੋ ਔਰ ਮੈਂ ਹਾਂ ਸੋਹਿਲ ਖਾਨ। ਦੋਸਤੋ ਅੱਜ ਅਸੀਂ ਮੁੰਡਾ ਰੌਕ ਸਟਾਰ ਫਿਲਮ ਬਾਰੇ ਗੱਲਬਾਤ ਕਰਨ ਵਾਲੇ ਹਾਂ। ਇਸ ਫਿਲਮ ਦੀ ਸਟਾਰ ਕਾਸਟ ਸਾਡੇ ਨਾਲ ਮੌਜੂਦ ਆ ਨਾਜ਼ਿਮ ਬਾਈ ਔਰ ਆਦਿੱਤੀ ਔਰ ਯੁਵਰਾਜ ਭਾਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ। ਜ਼ਾਹਿਰ ਜੀ ਗੱਲ ਹੈ ਕਿ ਜਦੋਂ ਆਪਾਂ ਬਹੁਤ ਸਾਰੀਆਂ ਇੰਟਰਵਿਊਜ਼ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਅਤੇ ਬਹੁਤ ਸਾਰੇ ਆਰਟਿਸਟਾਂ ਨੂੰ ਵੀ ਮਿਲਦੇ ਹਾਂ ਜਿਹੜੇ ਵੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਮ ਕਰਦੇ ਹਾਂ, ਸੋ ਉਹਨਾਂ ਵਿੱਚੋਂ ਯੁਵਰਾਜ ਭਾਜੀ ਵੀ ਨੇ ਔਰ ਯੁਵਰਾਜ ਭਾਜੀ ਦਾ ਜਿਹੜਾ ਸਾਡੇ ਨਾਲ ਰਿਸ਼ਤਾ ਆ ਉਹ ਸੈਲੀਬ੍ਰਿਟੀ ਔਰ ਜਰਨਲਿਸਟ ਵਾਲਾ ਨਹੀਂ ਹੈਗਾ, ਉਹ ਹਮੇਸ਼ਾ ਵੱਡੇ ਭਰਾਵਾਂ ਅਤੇ ਛੋਟੇ ਭਰਾਵਾਂ ਵਾਂਗੂ ਟ੍ਰੀਟ ਕਰਦੇ ਆ ਸਾਨੂੰ ਸਾਰਿਆਂ ਨੂੰ ਔਰ ਜ਼ਾਹਿਰ ਜੀ ਗੱਲ ਹੈ ਕਿ ਇਹ ਤਾਲੀਮ ਉਹਨਾਂ ਨੂੰ ਉਹਨਾਂ ਦੇ ਵਾਲਿਦ ਸਾਹਿਬ ਤੋਂ ਮਿਲੀ ਆ। ਸੋ ਹੰਸ ਜੀ ਹੁਣੇ ਸਾਡੇ ਨਾਲ ਇਸ ਵਕਤ ਮੌਜੂਦ ਵੀ ਸੀਗੇ ਔਰ ਹੁਣੇ ਉਹਨਾਂ ਨੇ ਫਲਾਈਟ ਸੀ ਉਹਨਾਂ ਦੀ, ਇਸ ਕਰਕੇ ਉਹਨਾਂ ਨੂੰ ਜਾਣਾ ਪਿਆ ਅਤੇ ਪਰ ਸਾਡੀ ਸਟਾਰਕਾਸਟ ਮੌਜੂਦ ਆ ਉਹਨਾਂ ਨਾਲ ਅਸੀਂ ਫਿਲਮ ਬਾਰੇ ਔਰ ਉਹਨਾਂ ਦੀ ਜ਼ਿੰਦਗੀ ਬਾਰੇ ਔਰ ਨਾਜ਼ਿਮ ਭਾਅ ਜੀ ਸਾਡੇ ਬਹੁਤ ਕਮਾਲ ਦੇ ਐਕਟਰ ਆ ਜੋ ਕਿ ਟੀਵੀ ਜਿਨ੍ਹਾਂ ਨੇ ਬਹੁਤ ਕੀਤਾ ਆ, ਸੋ ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਜਾਣਨ ਦਾ ਮੌਕਾ ਮਿਲੂਗਾ, ਸੋ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਾਂਗੇ। ਇਸ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਰੀ ਟੀਮ ਦਾ, ਬਹੁਤ ਬਹੁਤ ਸਵਾਗਤ ਹੈ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਨਾਜ਼ਿਮ ਭਾਈ? ਸਵੇਰੇ ਹਨਾ ਮੈਂ ਅਰਬਾਜ਼ ਨੂੰ ਕਿਹਾ, ਮੈਂ ਕਿਹਾ ਆਪਾਂ ਲੇਟ ਹੋ ਗਏ, ਯੁਵਰਾਜ ਭਾਈ ਦੀ ਗੱਡੀ ਖੜੀ ਆ ਹਨਾ, ਅਸੀਂ ਡਰ ਗਏ ਫਟਾਫਟ ਸਮਾਨ ਕੱਢਿਆ, ਪਰ ਇੱਥੇ ਜਾ ਕੇ ਫਿਰ ਸਾਨੂੰ ਪਤਾ ਲੱਗਿਆ ਕਿ ਚਲੋ ਅਭੀ ਜੀ 5-7 ਮਿੰਟ ਹੈਗੇ ਆ, ਮੈਂ ਟਾਈਮ ਤੇ ਆ ਪਹੁੰਚ ਜਾਣਾ ਹੁੰਦਾ ਜਿੱਥੇ ਵੀ ਮੈਨੂੰ ਟਾਈਮ ਮਿਲੇ। ਰਾਈਟ, ਸੋ ਮੁੰਡਾ ਰੌਕ ਸਟਾਰ ਬਾਰੇ ਗੱਲਬਾਤ ਕਰਾਂਗੇ, ਸੋ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਵੀ ਬਹੁਤ ਕਮਾਲ ਦੇ ਕਲਾਕਾਰ ਹੋ ਔਰ ਇਸ ਫਿਲਮ ਦੇ ਵਿੱਚ ਵੀ ਤੁਹਾਨੂੰ ਉਵੇਂ ਦਾ ਕਿਰਦਾਰ ਜੀਣ ਦਾ ਮੌਕਾ ਮਿਲਿਆ, ਸੋ ਕਿੰਨਾ ਕੁ ਈਜ਼ੀ ਰਿਹਾ ਔਰ ਕਿੰਨਾ ਕੁ ਦਿਲ ਦੇ ਨੇੜੇ ਆ ਤੁਹਾਡੇ? ਮੇਰੇ ਲਈ ਥੋੜ੍ਹਾ ਈਜ਼ੀ ਤਾਂ ਸੀਗਾ ਕਿਉਂਕਿ ਜਿਹੜੀ ਇਨੋਸੈਂਸ ਆ ਉਹਦੇ 'ਚ ਬਹੁਤ ਛੇਤੀ ਵਿਸ਼ਵਾਸ ਕਰ ਲੈਣਾ ਕਿਸੇ ਦਾ, ਉਹ ਮੇਰੇ 'ਚ ਹੈਗੀ ਵੀ ਆ ਆਲਰੇਡੀ। ਔਰ ਚੈਲੇਂਜਿੰਗ ਮੇਰੇ ਲਈ ਇਹ ਸੀਗਾ ਕਿ ਕੁਛ ਕੁਛ ਚੀਜ਼ਾਂ ਸੀਗੀਆਂ ਜਿੱਦਾਂ ਡਾਂਸ ਕਰਨਾ ਸਪੈਸ਼ਲ ਗਾਣੇ 'ਤੇ ਜਾਂ ਐਕਸ਼ਨ ਕਰਨਾ ਨਾਜ਼ਿਮ ਵੀਰ ਨਾਲ, ਹੈ ਨਾ, ਉਹ ਮੇਰੇ ਲਈ ਚੈਲੇਂਜਿੰਗ ਸੀ। ਬਟ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਆ ਸੱਤਿਆ ਸਰ ਔਰ ਪਲੱਸ ਸਾਡੇ ਜਿਹੜੇ ਮਾਸਟਰ ਜੀ ਸੀਗੇ ਐਕਸ਼ਨ ਵਾਲੇ, ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਕਰਾਇਆ, ਥੈਂਕਸ ਟੂ ਦੈਮ।
ਰਾਈਟ। ਸੋ ਨਾਜ਼ਿਮ ਭਾਅ ਜੀ, ਤੁਸੀਂ ਮਾਣ ਹੋ ਸਾਡਾ ਔਰ ਤੁਸੀਂ ਇਹ ਪੰਜਾਬ ਦੇ ਵਿੱਚ ਇਹ ਫਿਲਮ ਕਰ ਰਹੇ ਹੋ, ਇਹਦੇ ਲਈ ਅਸੀਂ ਬਹੁਤ ਖੁਸ਼ ਹਾਂ ਔਰ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਤੁਹਾਡੇ ਬਾਰੇ ਬਹੁਤ ਗੱਲਾਂ ਕਰਦੇ ਹੁੰਦੇ ਹਾਂ। ਤੁਹਾਡੇ ਕੁਛ ਰਿਸ਼ਤੇਦਾਰ ਨੇ ਜੋ ਸਾਡੇ ਜ਼ੀਰਕਪੁਰ ਦੇ ਆਲੇ ਦੁਆਲੇ ਰਹਿੰਦੇ ਨੇ, ਸੋ ਉਹਨਾਂ ਨਾਲ ਤੁਹਾਡਾ ਬਹੁਤ ਜ਼ਿਕਰ ਹੁੰਦਾ ਆ ਔਰ ਇਸ ਫਿਲਮ ਦਾ ਮੈਂ ਜਾਣਨਾ ਚਾਹੁੰਦਾ ਕਿ ਐਕਸਪੀਰੀਅੰਸ ਕਿਵੇਂ ਆ ਔਰ ਨਾਲ ਨਾਲ ਸੋਰੀ ਮੈਂ ਗੱਲ ਹੋਰ ਐਡ ਕਰਨਾ ਚਾਹੁੰਦਾ ਹਾਂ ਆਡੀਅੰਸ ਨੂੰ ਵੀ ਜਿਨ੍ਹਾਂ ਨੂੰ ਨਹੀਂ ਪਤਾ ਕਿ ਭਾਅ ਜੀ ਮਲੇਰਕੋਟਲੇ ਤੋਂ ਨੇ ਔਰ ਮੈਨੂੰ ਦਿੱਲੀ ਔਰ ਮਲੇਰਕੋਟਲਾ ਦੀ ਗਲੀਆਂ ਨਾਲ ਬਹੁਤ ਪਿਆਰ ਆ, ਬਹੁਤ ਇਸ਼ਕ ਆ, ਬਹੁਤ ਪਸੰਦ ਮਲੇਰਕੋਟਲਾ, ਆਈ ਲਵ। ਸੋ ਤੁਸੀਂ ਉਸ ਸ਼ਹਿਰ ਤੋਂ ਹੋ ਤੇ ਮਤਲਬ ਨੋ ਡਾਊਟ ਮਲੇਰਕੋਟਲਾ ਜਿਹੜਾ ਸਾਡਾ ਸ਼ਹਿਰ ਆ ਉਹ ਪੀਰਾਂ ਦੀ ਧਰਤੀ ਆ ਜੀ। ਬਾਬਾ ਹਰਿ ਸ਼ੇਖ ਉੱਤੇ ਬਹੁਤ ਫੇਮਸ ਜਗ੍ਹਾ ਤੇ ਕੁੱਕਿਆਂ ਦਾ ਕਲਰ ਆ ਉੱਥੇ ਤੇ ਹੋਰ ਵੀ ਪੀਰਾਂ ਦੀ ਜਗ੍ਹਾ ਹੈਗੀ ਉੱਥੇ ਜਿਹੜੀ, ਇਸ ਕਰਕੇ ਉਹ ਥੋੜਾ ਜਿਹਾ ਬੈਕ ਰੋਡ ਬੈਕ ਪੁਰਾਣਾ ਸ਼ਹਿਰ ਮੰਨਿਆ ਜਾਂਦਾ ਹੈਨਾ, ਤੇ ਉਸ ਕਰਕੇ ਥੋੜਾ ਨਾਮ ਵੀ ਹੁੰਦਾ ਤੇ ਉੱਥੋਂ ਬਹੁਤ ਸਾਰੇ ਆਰਟਿਸਟ ਨਿਕਲਣ, ਵੱਡੇ ਵੱਡੇ ਆਰਟਿਸਟ ਨਿਕਲਣ, ਈਵਨ ਧਰਮਿੰਦਰ ਵੀ ਉੱਥੇ ਆਉਂਦੇ ਰਹੇ ਨੇ, ਧਰਮਿੰਦਰ ਜੀ ਹੈਨਾ ਜਿਹੜੇ ਅੱਜ ਲੇਜੈਂਡ ਨੇ ਸਾਡੇ ਇੰਡਸਟਰੀ ਦੇ, ਉਹ ਵੀ ਉੱਥੇ ਦੇ ਨੇ, ਇਰਸ਼ਾਦ ਕਾਮਿਲ ਰਾਈਟਰ ਜਿਹੜੇ ਨੇ, ਤੇ ਈਵਨ ਮੇਰੇ ਦੋ ਕਜ਼ਨ ਵੀ ਨੇ ਉਹ ਵੀ ਇੰਡਸਟਰੀ 'ਚ ਕੰਮ ਕਰਦੇ ਨੇ, ਫਿਰ ਮੁਹੰਮਦ ਨਿਸਾਰ ਕਰਕੇ ਜਿਹੜੇ ਕ੍ਰਾਈਮ ਪੈਟਰੋਲ 'ਚ ਆਉਂਦੇ ਕਾਫੀ ਫਿਲਮਾਂ ਕਰ ਚੁੱਕੇ ਨੇ, ਉਹ ਵੀ ਕਾਫੀ ਵੱਡੇ ਆਰਟਿਸਟ ਨੇ, ਤੇ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਸਾਡੇ ਮਲੇਰਕੋਟ ਦੇ, ਬਹੁਤ ਸਾਰੀ ਫਿਲਮਾਂ ਬਣੀਆਂ ਵੀ ਨੇ ਉੱਥੇ ਮਲੇਰਕੋਟ, ਰਾਜ਼ੀ ਉੱਥੇ ਬਣੀ ਹੈ, ਫੈਂਟਮ ਉੱਥੇ ਬਣੀ ਹੈ, ਤੇ ਗਾਣੇ ਤਾਂ ਬਹੁਤ ਸ਼ੂਟ ਹੁੰਦੇ ਨੇ ਭਾਜੀ, ਹਾਂ ਤੁਸੀਂ ਦੇਖੋਗੇ ਮਲੇਰਕੋਟਲੇ ਗਾਣੇ ਤਾਂ ਬਹੁਤ ਸ਼ੂਟ ਹੁੰਦੇ ਨੇ। ਸੋ ਇਸ ਫਿਲਮ ਦੇ ਬਾਰੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਹਾਂ ਹੁਣ ਗੱਲ ਕਰੀਏ ਆਪਾਂ ਮੁੰਡਾ ਰੌਕ ਸਟਾਰ ਦੀ। ਮੁੰਡਾ ਰੌਕ ਸਟਾਰ ਜੀ ਸਾਡੀ ਫਿਲਮ ਇੱਕ ਮਿਊਜ਼ੀਕਲ ਫਿਲਮ ਹੈ ਜਿਹ 'ਚ ਤੁਹਾਨੂੰ ਐਕਸ਼ਨ ਵੀ ਮਿਲੂਗਾ, ਰੋਮੈਂਸ ਵੀ ਮਿਲੂਗਾ, ਤੇ ਭਰਾ ਸਾਡੇ ਵਧੀਆ ਗਾਣੇ ਸੁਣਨ ਨੂੰ ਮਿਲਣਗੇ ਜਿਹੜੇ ਤੁਹਾਨੂੰ ਪਸੰਦ ਹੋਣਗੇ। ਰਾਈਟ। ਸੋ ਭਾਅ ਜੀ ਜਿਹੜਾ ਮਤਲਬ ਭਰਾਵਾਂ ਵਾਲਾ ਪਿਆਰ ਅਸੀਂ ਵੇਖਿਆ ਆ ਹਨਾ, ਜਿੰਨਾ ਕੁ ਵੀ ਟਾਈਮ ਸਾਨੂੰ ਲੱਗਿਆ ਇੱਥੇ, ਲੇਕਿਨ ਅਸੀਂ ਤਾਂ ਮਤਲਬ ਇਹ ਮਤਲਬ ਮੈਨੂੰ ਹੋਇਆ ਕਿ ਯਾਰ ਇਹਨਾਂ ਨੇ ਇਵੇਂ ਦਾ ਕਿਰਦਾਰ ਨਿਭਾ ਕਿਵੇਂ ਲਿਆ ਆਪਸ ਦੇ ਵਿੱਚ ਹੈ ਨਾ ਫਿਲਮ ਦੇ ਵਿੱਚ। ਅਸੀਂ ਐਕਟਰ ਹਾਂ, ਕੀ ਬਾਤ। ਮੈਂ ਐਕਚੁਅਲੀ ਨਾਜ਼ਿਮ ਵੀਰ ਨੂੰ ਮੈਂ ਵੀ ਨਹੀਂ ਸੀ ਕਦੀ ਮਿਲਿਆ, ਪਹਿਲਾਂ ਆਪਾਂ ਕਦੀ ਨਹੀਂ ਸੀ ਹਨਾ, ਕਦੇ ਨਹੀਂ ਮਿਲੇ, ਨੈਵਰ ਮੈਟ, ਸੈੱਟ ਤੇ ਹੀ ਸਿੱਧਾ ਮਿਲੇ। ਇਵਨ ਮੈਂ ਇਹਨਾਂ ਦੇ ਵੱਡੇ ਭਰਾ ਨੂੰ ਜਾਣਦਾ ਕਿਉਂਕਿ ਬੰਬੇ ਅਸੀਂ ਜਿੰਮ ਲਾਉਂਦੇ ਰਹੇ ਇਕੱਠੇ, ਇਵਨ ਦੋ ਤਿੰਨ ਪਾਰਟੀਆਂ 'ਚ ਇਕੱਠੇ ਮਿਲੇ, ਬਾਕੀ ਜਿਹੜੇ ਮੇਰੇ ਕਲੋਜ਼ ਫਰੈਂਡਸ ਨੇ ਉਹਨਾਂ ਦੇ ਬਹੁਤ ਕਲੋਜ਼ ਨੇ। ਨਵਰਾਜ ਭਾਜੀ ਰਾਈਟ। ਸੋ ਅਦਿਤੀ ਜੀ ਤੁਹਾਡੀ ਫਿਲਮ ਬਾਰੇ ਵੀ ਮੈਂ ਗੱਲ ਕਰਾਂਗਾ, ਲੇਕਿਨ ਮੈਂ ਇੱਕ ਗੱਲ ਮੈਂਸ਼ਨ ਕਰਨਾ ਚਾਹੁੰਦਾ ਹਾਂ ਕਿਉਂਕਿ ਬਹੁਤ ਸਾਰੇ ਕਮੈਂਟ ਵੀ ਆ ਜਾਣੇ ਨੇ, ਤੁਹਾਡਾ ਸੂਟ ਬਹੁਤ ਪਿਆਰਾ ਆਇਆ ਹੈ। ਜਿਹੜੀਆਂ ਦਿਲ ਦੇ ਚੁੱਕੀਆਂ ਉਹ ਦਿਲ ਤੋੜ ਲਓ ਆਪਣਾ, ਜਿਹੜੀ ਦੇਖ ਵੀ ਨਹੀਂ ਉਹ ਜੇ ਦਿਲ ਟੁੱਟ ਵੀ ਜੋ ਵਧੀਆ ਗੱਲ ਅੱਗੇ ਵਧਾ ਗਈ ਤੇ ਇਹ ਗੱਲ, ਕਿਉਂਕਿ ਡਿਜ਼ਾਈਨਰ ਜੈਕਟ ਕਿਤੋਂ ਹੋ ਰਹੀ ਹੈ ਤੇ ਕੱਪੜੇ ਕਿਤੋਂ ਹੋ ਰਹੇ ਹੈ, ਸ਼ੂਜ਼ ਕਿਤੋਂ ਹੋ ਰਹੇ ਨੇ, ਤੇ ਮੈਂ ਬੰਬੇ ਤੋਂ ਆਇਆ। ਸੋ ਅਸੀਂ ਮਤਲਬ ਬਹੁਤ ਸਾਰੇ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਵੇਂ ਆਪਾਂ ਇੰਟਰਵਿਊਜ਼ ਵਗੈਰਾ ਕਰਦੇ ਹਾਂ ਮੀਡੀਆ ਲਾਈਨ ਦੇ ਵਿੱਚ ਆ ਔਰ ਸਾਨੂੰ ਤਾਂ ਟਾਈਮ ਲੱਗਦਾ ਨਹੀਂ ਹੈਗਾ ਵੀ ਕੋਈ ਹੋਰ ਕਰਨ ਦਾ ਕੰਮ ਤੋਂ ਇਲਾਵਾ, ਆਦਿਤੀ ਜੀ ਤੁਹਾਨੂੰ ਕਿਵੇਂ ਟਾਈਮ ਮਿਲ ਗਿਆ, ਇਸ਼ਕ ਮੁਸ਼ਕ ਦੇ ਮਤਲਬ ਚੱਕਰਾਂ ਦੇ ਵਿੱਚ ਪੈ ਗਏ ਤੁਸੀਂ? ਬਸ ਯਾਰ ਐਕਚੁਅਲੀ ਰੀਅਲ ਲਾਈਫ 'ਚ ਕੁਝ ਹੋ ਨਹੀਂ ਸੀ ਰਿਹਾ ਇਸ਼ਕ ਵਿਸ਼ਕ 'ਚ, ਤੇ ਮੈਂ ਸੋਚਿਆ ਚਲੋ ਮੁਸ਼ਕ ਮੁਸ਼ਕ ਕਿਹਾ ਸੀ ਉਹਨਾਂ ਨੇ, ਕੀ ਹੁੰਦਾ ਮੁਸ਼ਕ, ਉਹੀ ਤਾਂ ਮੈਂ ਮੁਸ਼ਕ ਹੁੰਦਾ ਬੋ ਵੀ ਆ ਜਾਂਦੀ ਨਾ ਕਦੀ ਕਦੀ, ਯਾਰ ਦੇਖੋ ਬੋ ਦਾ ਪੱਕ ਜਾਂਦਾ ਉਹ ਵਾਲਾ ਬੋ ਹੈ ਪੱਕ ਜਾਂਦਾ, ਉਹਦੇ ਇਸ਼ਕ ਤੇ ਮੁਸ਼ਕ ਲੁਕਾਇਆ ਨਹੀਂ ਉਹ ਲੁਕਦੇ, ਜਿੰਨਾ ਮਰਜ਼ੀ ਕਹਦੇ ਮੈਂ ਨਹੀਂ ਮਾਰਿਆ ਮੈਂ ਨਹੀਂ ਬਸ ਇਹਨਾਂ ਗੱਲਾਂ ਕਰਕੇ ਮੈਂ ਫਿਲਮ ਸਾਈਨ ਕਰ ਲਈ। ਐਗਜ਼ੈਕਟਲੀ।
ਰਾਈਟ ਸੋਹਿਬਰਾਜ ਭਾਅ ਜੀ, ਅਸੀਂ ਅਕਸਰ ਨਾ ਮੈਂ ਮਤਲਬ ਪੋਜ਼ਿਟਿਵ ਚੀਜ਼ਾਂ, ਮੁਹੱਬਤ ਵਾਲੀਆਂ ਚੀਜ਼ਾਂ ਆਪਾਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਨੇ, ਹੈ ਨਾ? ਮੈਂ ਤਾਂ ਪੋਜ਼ਿਟਿਵ ਚੀਜ਼ਾਂ ਕੱਢ ਲੈਂਦਾ ਹੁੰਦਾ ਹਾਂ, ਹੈ ਨਾ? ਆਪਾਂ ਜਿਵੇਂ ਤੁਹਾਡੇ ਟ੍ਰੇਲਰ ਦੇ ਵਿੱਚ ਵੇਖ ਰਹੇ ਹਾਂ ਕਿ ਗਾਣੇ ਪਿੱਛੇ ਗੱਲ ਹੋ ਰਹੀ ਹੈ, ਜ਼ਾਹਿਰ ਜੀ ਗੱਲ ਹੈ ਉਹ ਕਿਰਦਾਰ ਹੈ ਅਤੇ ਤਾਂ ਤੁਸੀਂ ਜੀ ਆਇਆ, ਹੈ ਨਾ? ਲੇਕਿਨ ਇੱਕ ਵਕਤ ਸੀਗਾ ਜਦੋਂ ਬਹੁਤ ਸਾਰੀਆਂ ਗਜ਼ਲਾਂ ਮਹਿੰਦੀ ਹਸਨ ਸਾਹਿਬ ਦੀਆਂ ਜਗਜੀਤ ਸਾਹਿਬ ਗਾ ਲੈਂਦੇ ਸੀਗੇ, ਕੁਛ ਚੀਜ਼ਾਂ ਆਪਾਂ ਨੁਸਰ ਸਾਹਿਬ ਦੇ ਮੂੰਹੋਂ ਵੀ ਸੁਣੀਆਂ ਨੇ, ਬਿਲਕੁਲ, ਜਾਂ ਹੈ ਨਾ, ਜਾਂ ਚਿਤਰਾ ਜੀ ਨੇ ਬਹੁਤ ਸਾਰੀਆਂ ਗਜ਼ਲਾਂ ਮਹਿੰਦੀ ਹਸਨ ਸਾਹਿਬ ਦੀ ਗਾਈਆਂ ਨੇ, ਮੁਝੇ ਤੁਮ ਰਾਈਟਰ ਦੀਆਂ ਗਜ਼ਲਾਂ ਕੰਪੋਜੀਸ਼ਨ ਜੀ, ਮੁਝੇ ਤੁਮ ਨਜ਼ਰ ਸੇ ਚੁਰਾ ਗਿਰਾ ਤੋ ਰਹੇ ਹੋ, ਹੈ ਨਾ, ਔਰ ਰੰਜਿਸ਼ੀ ਸਹੀ, ਸੋ ਇਹਦੇ ਵਿੱਚ ਵੀ ਇੱਕ ਖੂਬਸੂਰਤੀ ਆ ਕਿ ਮੈਂ ਇਹ ਜਾਣਨਾ ਚਾਹੁੰਦਾ ਤੁਹਾਡੇ ਤੋਂ ਕਿ ਜਿਹੜੇ ਅੱਜ ਦੇ ਮਿਊਜ਼ਿਕ ਦੇ ਵਿੱਚੋਂ ਕੋਈ ਇੱਦਾਂ ਦਾ ਸਿੰਗਰ ਹੈਗਾ ਆ ਵੀ ਯਾਰ ਇਹ ਮੁੰਡਾ ਬਹੁਤ ਸੋਹਣੇ ਗਾਣੇ ਗਾਉਂਦਾ ਆ, ਇਹਦੇ ਗਾਣੇ ਮੈਂ ਵੀ ਗਾਵਾਂ, ਜਿਵੇਂ ਤੁਸੀਂ ਅਮਰਿੰਦਰ ਗਿੱਲ ਭਾਅ ਜੀ ਦੇ ਗਾਣੇ ਬਹੁਤ ਸਾਰੇ ਗਾਉਂਦੇ ਵੀ ਹੋ, ਹੈ ਨਾ? ਸੋ ਇੱਕ ਮੁਹੱਬਤ ਵਾਲੀ ਗੱਲ ਆ, ਹੈ ਨਾ, ਕਿਉਂਕਿ ਜ਼ਾਹਿਰ ਜੀ ਗੱਲ ਹੈ ਅਮਰਿੰਦਰ ਗਿੱਲ ਭਾਅ ਜੀ ਨੇ ਕਦੇ ਨਹੀਂ ਕਿਹਾ ਹੋਣਾ ਕਿ ਤੂੰ ਮੇਰਾ ਗਾਣਾ ਕਿਉਂ ਗਾਇਆ, ਬਿਲਕੁਲ, ਉਹ ਤੁਸੀਂ ਆਪਣੇ ਸਟਾਈਲ ਦੇ ਵਿੱਚ ਗਾਉਂਦੇ ਹੋ, ਉਹਨਾਂ ਦਾ ਸਗੋਂ ਮੈਨੂੰ ਮੈਸੇਜ ਆਉਂਦਾ ਹੁੰਦਾ ਕਿ ਯਾਰ ਬੜੇ ਵਧੀਆ ਕਰਦਾ ਤੂੰ ਤਾਂ, ਹਾਂ, ਤੁਹਾਨੂੰ, ਕਿਉਂਕਿ ਮੈਂ ਵੀਰੇ ਦਾ ਬਹੁਤ ਕੱਟੜ ਫੈਨ ਟਾਈਪ ਫੀਲਿੰਗ ਆ ਮੈਂ ਸ਼ੁਰੂ ਤੋਂ ਹੀ ਅਮਰਿੰਦਰ ਵੀਰੇ ਨੂੰ ਹੀ, ਮੈਨੂੰ ਉਹਨਾਂ ਦਾ ਗਾਣਾ, ਉਹਨਾਂ ਦਾ ਲਾਈਫ ਸਟਾਈਲ ਜਿਵੇਂ ਸਿੰਪਲ ਆ, ਉਹ ਬਹੁਤ ਬੈਸਟ ਚੀਜ਼ ਲੱਗਦੀ ਆ ਜੀ, ਅਤੇ ਮੈਨੂੰ ਬੜੀ ਖੁਸ਼ੀ ਹੋਈ ਸੀ ਜਦ ਉਹਨਾਂ ਨੇ ਮੈਨੂੰ, ਹਾਲਾਂਕਿ ਅਸੀਂ ਇਨ ਟੱਚ ਹੀ ਰਹਿੰਦੇ ਹਾਂ, ਬਟ ਸਟਿਲ ਜਦੋਂ ਮੈਸੇਜ ਕਰ ਦਿੰਦੇ ਕਿ ਯਾਰ ਵਧੀਆ ਕਰ ਰਹੇ ਹਾਂ, ਗੁੱਡ, ਖੁਸ਼ੀ ਹੁੰਦੀ ਆ। ਜਿਵੇਂ ਤੁਸੀਂ ਅਮਰਿੰਦਰ ਗਿੱਲ ਭਾਅ ਜੀ ਦੀ ਗੱਲ ਕਹੀ ਹੈ ਨਾ ਕਿ ਉਹ ਮਤਲਬ ਤੁਸੀਂ ਉਹਨਾਂ ਨੂੰ ਕੱਟੜ ਫੈਨ ਹੋ, ਮੈਨੂੰ ਲੱਗਦਾ ਕਿ ਸਾਰਾ ਪੰਜਾਬ ਹੀ ਉਹਨਾਂ ਦਾ ਕੱਟੜ ਫੈਨ ਆ, ਬਿਲਕੁਲ, ਦੇਖ ਲਓ ਇੱਕ ਵਾਹਿਦ ਆਰਟਿਸਟ ਆ ਉਹ ਭਾਅ ਜੀ, ਆਪਣੇ ਮਤਲਬ ਦਾ ਕੰਮ ਕੀਤਾ ਜੋ ਉਹਨਾਂ ਨੂੰ ਪਸੰਦ ਆ, ਔਰ ਲੋਕਾਂ ਨੂੰ ਸੁਣਾਇਆ, ਔਰ ਲੋਕਾਂ ਨੇ ਸੁਣਿਆ ਵੀ ਜੀ, ਸਾਫ਼ ਸੁਥਰਾ, ਕਲੀਨ ਗਾਣਾ, ਅੱਜ ਤੱਕ ਕੋਈ ਮੈਂ ਨਹੀਂ ਦੇਖਿਆ ਉਹਨਾਂ ਦਾ ਕੋਈ ਵਲਗੈਰਿਟੀ ਗਾਣੇ ਜਾਂ ਕੁਛ ਵੀ, ਮਾਂ ਬੋਲੀ ਵਾਲੇ ਇੰਨੇ ਸੋਹਣੇ ਸੋਹਣੇ, ਮੈਂ ਵੀਰੇ ਨੂੰ ਪੁੱਛਦਾ ਮੈਂ ਕਿੰਨਾ ਉਹਨਾਂ ਕਿੱਥੋਂ ਲੈ ਕੇ ਆਉਂਦੇ ਯਾਰ, ਸਾਡੀ ਵਾਰੀ ਰਾਈਟਰਾਂ ਨੂੰ ਕੀ ਹੋ ਜਾਂਦਾ, ਤੁਹਾਨੂੰ ਕਿੱਥੋਂ, ਕਹਿੰਦੇ ਮਿਹਨਤ ਕਰਨੀ ਪੈਂਦੀ ਆ, ਉਹੀ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਆ, ਮੈਂ ਵੀਰੇ ਤੋਂ ਇਹ ਗੱਲ ਬਹੁਤ ਸਿੱਖੀ ਆ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਤੁਹਾਨੂੰ ਕਿਤੇ ਨਾ ਕਿਤੇ ਆਪਣਾ ਕੰਮ ਤੁਹਾਡੇ ਮੂਹਰੇ ਆ ਹੀ ਜਾਣਾ, ਕੀਤਾ ਕਿ ਕੀ ਕੀਤਾ ਸੀ ਲਾਈਫ 'ਚ, ਸੋ ਉਹ ਚੀਜ਼ ਨੂੰ ਧਿਆਨ 'ਚ ਰੱਖ ਕੇ ਕਰਿਆ ਕਰੋ, ਕੱਲ੍ਹ ਨੂੰ ਤੁਸੀਂ ਵੀ ਆਪਣੀ ਫੈਮਿਲੀ ਨਾਲ ਸੁਣਨਾ ਹੈ, ਔਰ ਇਹ ਮੇਰੇ ਫਾਦਰ ਸਾਹਿਬ ਨੇ ਵੀ ਗੱਲ ਕਿਹਾ ਸੀਗਾ ਜਦੋਂ ਸ਼ੁਰੂ ਹੋਇਆ ਸੀ ਕਿ ਬੇਟਾ ਜ਼ਿੰਦਗੀ 'ਚ ਕੰਮ ਉਹ ਹੀ ਕਰਿਓ, ਚਾਹੇ ਉਹ ਮੂਵੀਜ਼ ਹੋਣ, ਗਾਣਾ, ਤੁਸੀਂ ਆਪਣੀ ਫੈਮਿਲੀ ਨਾਲ ਬਹਿ ਕੇ ਦੇਖ ਸਕੋ। ਰਾਈਟ, ਸੁਪਰ ਜਦੋਂ ਉਹ ਸਕਰੀਨ 'ਤੇ ਐਕਟਰ ਬਣ ਕੇ ਆਉਂਦੇ ਆ, ਫਿਰ ਉਦੋਂ ਵੀ ਗੱਜ ਵੱਜ ਕੇ ਆਉਂਦੇ ਆ, ਜਿਵੇਂ ਲਾਹੌਰੀ ਤੁਸੀਂ ਨਾਲ ਕੀਤੀ ਸੀ, ਉਹੀ, ਬਟ ਉਹਨਾਂ ਨੇ ਫਿਲਮਾਂ 'ਚ ਵੀ ਵਿਰਸਾ ਹੀ ਦਿਖਾਇਆ ਸਾਰਾ, ਹੈ ਨਾ, ਉਹ ਕੋਈ ਉਹ ਆਪਣੇ ਹਿਸਾਬ ਨਾਲ ਕੋਈ ਆਪਣੇ ਕਰਨ ਨੂੰ ਕੀ ਨਹੀਂ ਕਰ ਸਕਦੇ, ਜੇ ਉਹ ਜਿਹੜਾ ਬੰਦਾ ਮੌੜ ਫਿਲਮ 'ਤੇ 22 ਕਰੋੜ ਰੁਪਇਆ ਲਾ ਸਕਦਾ ਰਾਈਟ, ਅਤੇ ਉਹ ਆਪਣੇ ਆਪ ਨੂੰ ਦਿਖਾਉਣ ਲਈ ਕੁਛ ਵੀ ਕਰ ਸਕਦਾ, ਬਟ ਬੈਸਟ ਚੀਜ਼ ਇਹ ਆ ਆਪਣੇ ਰੂਟਸ ਨਾਲ ਬਹੁਤ ਪਿਆਰ ਕਰਦਾ ਵੀਰਾ। ਰਾਈਟ, ਸੋ ਇੱਕ ਸੀਨ ਬਾਰੇ ਮੈਂ ਮਤਲਬ ਤੁਹਾਨੂੰ, ਤੁਸੀਂ ਵੀ, ਹੈ ਨਾ, ਮਤਲਬ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸ਼ਕੇ ਮੂਵੀ ਦਾ ਇੱਕ ਸੀਨ ਆ, ਕਿਸੇ ਵਜ੍ਹਾ ਕਾਰਨ ਉਹ ਆਪਣੇ ਮਤਲਬ ਮਿਲ ਨਹੀਂ ਪਾਉਂਦਾ, ਹੈ ਨਾ, ਉਹ ਸੰਜੀਦਾ ਜੀ ਨੂੰ ਨਹੀਂ ਮਿਲ ਪਾਉਂਦੇ, ਉਹਨਾਂ ਦਾ ਵਿਆਹ ਨਹੀਂ ਹੋ ਪਾਉਂਦਾ, ਫਿਰ ਅਖੀਰ ਦੇ ਵਿੱਚ ਰੂਪੀ ਜੀ ਨਾਲ ਉਹਨਾਂ ਦਾ ਵਿਆਹ ਹੋ ਜਾਂਦਾ ਹੈ, ਹੈ ਨਾ, ਅਤੇ ਸੰਜੀਦਾ ਅਤੇ ਉਹ ਅਖੀਰ ਦੇ ਵਿੱਚ ਮਿਲਦੇ ਆ, ਅਤੇ ਉਹ ਕਹਿੰਦੇ ਆ ਵੀ ਯਾਰ ਕਾਸ਼ ਗਲਤ ਫਹਿਮੀਆਂ ਨਾ ਹੁੰਦੀ ਅਤੇ ਆਪਾਂ ਮਿਲ ਜਾਂਦੇ ਤਾਂ ਕੁਛ ਚੰਗਾ ਹੋਣਾ ਸੀਗਾ, ਅਤੇ ਅਮਰਿੰਦਰ ਭਾਅ ਜੀ ਕਹਿੰਦੇ ਆ ਵੀ ਕੁਛ ਵੀ ਚੰਗਾ ਹੁੰਦਾ, ਪਰ ਜੇ ਜੋ ਸਾਹਮਣੇ ਹੋ ਰਿਹਾ ਨਾ, ਕਿਉਂਕਿ ਸਾਹਮਣੇ ਉਹਨਾਂ ਦੇ ਸਿਸਟਰ ਅਤੇ ਰੂਪੀ ਡਾਂਸ ਕਰ ਰਹੇ ਹੁੰਦੇ ਆ, ਵੀ ਜਿੰਨਾ ਮਰਜ਼ੀ ਸੋਹਣਾ ਹੁੰਦਾ ਸਾਡੇ ਇਸ਼ਕ ਦੇ ਵਿੱਚ, ਪਰ ਇਸ ਤੋਂ ਸੋਹਣਾ ਕੁਛ ਵੀ ਨਹੀਂ ਹੋਣਾ ਸੀ, ਹੈ ਨਾ, ਤਾਂ ਇਹ ਬਹੁਤ ਮਤਲਬ ਕਲਾ ਆ ਉਹਨਾਂ ਦੀ, ਹੈ ਨਾ। ਸੋ ਰਾਈਟ ਨਾਜ਼ਿਮ ਭਾਅ ਜੀ, ਮੈਂ ਜਿੰਨਾ ਕੁ ਵੀ ਤੁਸੀਂ ਕੰਮ ਕੀਤਾ ਆ, ਇਹ ਮਤਲਬ ਮੈਂ ਉਹ ਗੱਲ ਕਰਨਾ ਚਾਹੁੰਦਾ ਕਿ ਜ਼ਾਹਿਰ ਜੀ ਗੱਲ ਆ, ਇਹ ਤੁਹਾਡਾ ਪੰਜਾਬ ਆ, ਤੁਹਾਡਾ ਆਪਣਾ ਘਰ ਆ, ਔਰ ਤੁਸੀਂ ਬਾਲੀਵੁੱਡ ਦੇ ਵਿੱਚ ਕੰਮ ਕਰ ਰਹੇ ਹੋ, ਇਹ ਫੀਲਿੰਗ ਤੁਹਾਡੇ ਦਿਲ ਦੇ ਵਿੱਚ ਆਈ ਕਿ ਯਾਰ ਇੱਥੇ ਤਾਂ ਮੈਂ ਕੰਮ ਬਹੁਤ ਕਰ ਰਿਹਾ, ਪਰ ਯਾਰ ਉਹ ਮੇਰਾ ਪੰਜਾਬ ਆ, ਉਹ ਮੇਰਾ ਘਰ ਆ,
ਉੱਥੇ ਵੀ ਮੇਰਾ ਕੁਛ ਆਉਣਾ ਚਾਹੀਦਾ, ਉੱਥੇ ਦੇ ਲੋਕਾਂ ਦੇ ਮੇਰੀ ਕਲਾ ਬਾਰੇ ਜਾਣਨ, ਮੇਰੇ ਬਾਰੇ ਜਾਣਨ, ਔਰ ਜੋ ਮੈਂ ਕੀ ਕਰ ਸਕਦਾ ਹਾਂ, ਮੇਰੇ ਲੋਕਾਂ ਨੂੰ ਵੀ ਮੇਰੇ 'ਤੇ ਮਾਣ ਹੋਵੇ, ਇਹ ਵਾਲੀ ਜਿਹੜੀ ਫੀਲਿੰਗ ਆ ਇਹ ਤੁਹਾਡੇ ਅੰਦਰ ਆਈ ਆ? ਮਤਲਬ ਅਫਕੋਰਸ ਯਾਰ, ਕੋਈ ਸ਼ੱਕ ਹੀ ਨਹੀਂ ਇਹਦੇ 'ਚ, ਜਦੋਂ ਆਪਾਂ ਟੀ ਵੀ 'ਚ ਵੀ ਕੰਮ ਕਰਦੇ ਹਾਂ ਅਸੀਂ, ਅਤੇ ਜਦੋਂ ਆਪਾਂ ਹੁਣ, ਕਿਉਂਕਿ ਸਾਡਾ ਪੰਜਾਬੀ ਸਿਨੇਮਾ ਬਹੁਤ ਉੱਪਰ ਆ ਗਿਆ ਵਰਲਡ ਵਾਈਡ, ਈਵਨ ਚਾਹੇ ਦੀ ਮਿਊਜ਼ਿਕ ਨੂੰ ਲੈ ਕੇ ਹੋਵੇ ਜੀ, ਐਲਬਮ ਨੂੰ ਲੈ, ਕਿਸੇ ਵੀ ਪੱਖੋਂ, ਮਤਲਬ ਕਿ ਕਿੱਥੇ ਵੀ ਤੁਸੀਂ ਐਜ ਐਨ ਡਿਸਕ ਚਲੇ ਜਾਵੋ, ਕਿਤੇ ਕਲੱਬ 'ਚ, ਕਿਤੇ ਵੀ ਚਲੇ ਜਾਵੋ ਤੁਸੀਂ ਵਿਆਹ ਸ਼ਾਦੀਆਂ 'ਚ, ਪੰਜਾਬੀ ਗਾਣੇ ਵੱਜਦੇ ਨੇ। ਬਿਲਕੁਲ, ਜੋ ਪੰਜਾਬੀ ਗਾਣੇ ਵੱਜਦੇ, ਜੋ ਲੋਕ ਨੱਚਦੇ ਨਾ, ਫੀਲ ਅਲੱਗ ਹੁੰਦਾ ਉਹਦਾ ਵੀ ਯਾਰ ਆਪਾਂ ਹੁਣ ਇਹ 'ਚ ਕੰਮ ਕਰਨਾ। ਅਤੇ ਈਵਨ ਸਾਥੀਆਂ ਕਰਦੇ ਕਰਦੇ ਮੈਨੂੰ ਜਦੋਂ ਪੰਜਾਬੀ ਸਿਨੇਮਾ ਜਿਵੇਂ ਜਿਵੇਂ ਉੱਪਰ ਆਇਆ, ਮੇਰਾ ਬੜਾ ਬੜੀ ਤਮੰਨਾ ਸੀ ਕਿ ਮੈਂ ਐਕਸ਼ਨ ਫਿਲਮ ਕਰਾਂ, ਜਿੱਦਾਂ ਦੀ ਮੇਰੀ ਪਰਸਨੈਲਿਟੀ ਹੈ, ਮੌਦਾ ਦਿਖਾ, ਉਹਦਾ ਜੋਨਰ ਕਰਕੇ ਦਿਖਾਵਾਂ। ਅਤੇ ਦੋ ਫਿਲਮਾਂ ਮੈਂ ਕੀਤੀਆਂ ਦੀ ਕਦੇ ਇੱਕ ਰਿਲੀਜ਼ ਨਹੀਂ ਹੋਈ, ਇੱਕ ਰਿਲੀਜ਼ ਹੋ ਗਈ ਸੀ, ਅਤੇ ਹੁਣ ਆ ਤੀਜਾ ਪ੍ਰੋਜੈਕਟ ਹੈ ਮੇਰਾ। ਅਤੇ ਇਹਦੇ ਨਾਲ ਇਹ ਵੀ ਹੁੰਦਾ ਸੀਗਾ ਯਾਰ ਵੀ ਆਪਾਂ ਵੱਡੇ ਬੈਨਰ ਨਾਲ ਕੰਮ ਕਰਨਾ, ਉਹ ਸਭ ਤੋਂ ਜ਼ਰੂਰੀ ਚੀਜ਼ ਆ ਜਿਹੜੀ ਸਾਡੇ ਐਜ ਐਨ ਆਰਟਿਸਟ। ਮੈਨੂੰ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਕਿ ਯਾਰ ਮੈਂ ਇੰਨਾ ਕੰਮ ਕਰਨ ਤੋਂ ਬਾਅਦ ਹੀ ਮੈਂ ਸੈਟਿਸਫਾਈ ਨਹੀਂ ਹੈਗਾ, ਘੱਟ ਕੰਮ ਕਰਨਾ, ਰੱਬ ਦੀ ਮਿਹਰ ਨਾਲ ਜਿੰਨਾ ਹੈਗਾ ਉਹ ਤੁਹਾਨੂੰ ਮਿਲਣਾ ਹੀ ਮਿਲਣਾ, ਬਟ ਤੁਸੀਂ ਉਹ ਕੰਮ ਨਾਲ ਸੈਟਿਸਫਾਈ ਹੋਵੋ ਨਾ, ਤੁਸੀਂ ਉਹ ਜ਼ਿਆਦਾ ਜ਼ਰੂਰੀ ਹੈ ਜਿਹੜਾ ਤੁਹਾਡੇ ਦਿਲ ਨੂੰ ਲੁਭਾਵੇ। ਜਦ ਮੈਨੂੰ ਇਹ ਸਟੋਰੀ ਸੁਣਾਈ ਗਈ ਸੀ ਕਿ ਮੁੰਡਾ ਰੌਕ ਸਟਾਰ ਦੀ, ਮੈਨੂੰ ਲੱਗਿਆ ਕਿ ਇਹ ਸਟੋਰੀ ਦੇ ਵਿੱਚ ਜਿਹੜਾ ਕਿਰਦਾਰ ਆ ਨਾਜ਼ਰ, ਇਟਸ ਸੋ ਪਾਵਰਫੁਲ, ਜੋ ਅਗਰ ਐਜ਼ ਐਨ ਆਡੀਅੰਸ ਨੂੰ ਅੱਛਾ ਲੱਗ ਗਿਆ, ਬਿਕੋਜ਼ ਮੈਨੂੰ ਕੀ ਲੱਗਦਾ ਕਿ ਮੇਰੀ ਨਾ ਜੋ ਫੈਨ ਫੋਲੋਇੰਗ ਹੈ ਨਾ, ਜੋ ਵੀ ਮੈਨੂੰ ਜਾਣਦੇ ਟੀ ਵੀ 'ਚ, ਉਹ ਉਹਨੂੰ ਲੱਗਦਾ ਕਿ ਅਹਿਮ ਯਾਰ ਬਹੁਤ ਇਨੋਸੈਂਟ ਹੈ, ਮਮਾਸ ਬੋਆਏ ਹੈ, ਬਿਜ਼ਨਸਮੈਨ ਹੈ, ਘੱਟ ਬੋਲਦਾ ਹੈ, ਮਤਲਬ ਬਹੁਤ ਜੈਨੂਅਲੀ ਗੱਲ ਕਰਦਾ, ਬਹੁਤ ਬਲੰਟ ਹੈ, ਸਿੱਧੀ ਗੱਲ ਕਰਦਾ ਉਹ। ਅਤੇ ਜਦੋਂ ਨੈਗੇਟਿਵ ਕਰਾਂਗੇ ਫਿਰ ਉਹ ਆਡੀਅੰਸ ਹੈ ਨਾ ਜਿਹੜੀ ਸਾਡੀ, ਉਹ ਫਿਰ ਥੋੜ੍ਹੀ ਜਿਹੀ ਮਤਲਬ ਖਫਤ ਹੁੰਦੀ ਹੈ, ਉਹ ਫਿਰ ਕਰੈਕਟਰ ਨੂੰ ਦੇਖਦੀ ਹੈ। ਬਟ ਹੁੰਦਾ ਕੀ ਹੈ, ਐਕਟਰ ਦਾ ਕੰਮ ਉਹੀ ਹੁੰਦਾ ਕਿ ਆਪਣੇ ਕਰੈਕਟਰ ਨੂੰ ਜਸਟੀਫਾਈ ਕਰਵਾ ਕਿ ਜੋ ਕਰ ਗਿਆ ਨਾ ਯਾਰ ਇੱਦਾਂ ਦੀ ਹੈ, ਫਿਰ ਮਜ਼ਾ। ਹੁਣ ਜਿਵੇਂ ਤੁਸੀਂ ਆਪਾਂ ਬਹੁਤ ਸਾਰੀ ਫਿਲਮਾਂ ਦੇਖਦੇ ਹਾਂ ਨਾ, ਉਹ 'ਚ ਬਹੁਤ ਸਾਰਾ ਕਿਰਦਾਰ, ਜਿਵੇਂ ਹੁਣ ਤੁਸੀਂ ਦੱਸ ਕੇ ਰਹੇ ਹੋ ਵੀ ਇੱਕ ਕਿਰਦਾਰ ਆ, ਮੈਂ ਦੇਖੀ ਨਹੀਂ ਫਿਲਮ, ਬਟ ਤੁਸੀਂ ਉਹ ਸੀਨ 'ਚ ਤੁਹਾਨੂੰ ਯਾਦ ਆ, ਤੁਸੀਂ ਉਹ ਫਿਲਮ ਦਾ ਸੀਨ ਇੰਪੈਕਟ ਤੁਹਾਡੇ ਦਿਲ 'ਚ ਪਿਆ, ਤੁਸੀਂ ਤਾਂ ਦੱਸਿਆ ਉਹ ਤੁਹਾਨੂੰ ਯਾਦ ਰਿਹਾ ਸੀਨ। ਇਹ ਇੱਕ ਆਰਟਿਸਟ ਇਹੀ ਚਾਹੁੰਦਾ, ਸਾਨੂੰ ਅਵਾਰਡਸ ਨਾਲ ਨਹੀਂ, ਜਾਂ ਸਾਨੂੰ ਲੋਕ ਮਿਲਦੇ ਨੇ, ਜਾਂ ਸਾਨੂੰ ਉਸ ਕੈਰੈਕਟਰ ਨਾਲ ਦੇਖਦੇ ਨੇ, ਜਾਂ ਸਾਨੂੰ ਉਸ ਫੀਲ ਨਾਲ ਦੇਖਦੇ, ਸਾਨੂੰ ਉਹ ਸਾਡੇ ਲਈ ਅਵਾਰਡਸ ਹੁੰਦਾ, ਉਹ ਸਾਡੇ ਲਈ ਸਭ ਤੋਂ ਵੱਡਾ ਅਵਾਰਡ ਹੁੰਦਾ ਵੀ ਉੱਥੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਕਿੰਨੀ ਕੁ ਮਿਹਨਤ ਕਰਦੇ, ਅਸੀਂ ਕਿੱਥੇ ਪਹੁੰਚ, ਸਾਡੀ ਕਿੰਨੀ ਕੁ ਔਕਾਤ ਰੱਬ ਨੇ ਦਿੱਤੀ ਸਾਨੂੰ। ਪਰ ਮੈਨੂੰ ਯੁਵਰਾਜ ਭਾਅ ਜੀ ਦੀ ਵੀ ਇਕੱਲੀ ਇਕੱਲੀ ਫਿਲਮ ਔਰ ਇਕੱਲੇ ਇਕੱਲੇ ਗਾਣੇ ਦਾ ਮਤਲਬ ਦਿਲ ਦੇ ਵਿੱਚ ਆ ਮੇਰੇ, ਹੈ ਨਾ? ਇਹਦਾ ਮੈਨੂੰ ਹੁਣ ਵੀ, ਅੱਜ ਵੀ ਮੈਨੂੰ ਇੱਕ ਫਿਲਮ ਆਈ ਸੀ ਨਾ ਯਾਰ ਅਨਮੁੱਲੇ, ਉਹ ਗਾਣਾ ਸੀ ਨਾ ਜਿਹ 'ਚ ਵੀਰੇ ਨੇ ਜੁੱਠੀ ਚਾਹ ਪੀਤੀ ਸੀ, ਮੇਰਾ ਪੀੜੀ ਮੇਰੇ ਜਾਣੇ, ਉਹ ਗਾਣਾ ਦੇ ਜਿਹੜਾ ਸਿੰਕ ਨੇ ਨਾ, ਜੋ ਉਸ ਗਾਣੇ ਦੇ, ਗਾਣਾ ਤਾਂ ਨੋ ਡਾਊਟ ਮਾਸਟਰ ਸਲੀਮ ਨੇ ਬਹੁਤ ਹੀ ਵਧੀਆ ਗਾਇਆ ਨਾ, ਕੋਈ ਤੋੜੀ ਨਾ ਉਹ 'ਚ, ਪਰ ਉਸ ਗਾਣੇ 'ਚੋਂ ਸਿੰਕ ਨੇ ਨਾ, ਮਤਲਬ ਛੋਟੇ ਛੋਟੇ ਜਿਵੇਂ ਇਹ ਪਿੱਛੇ ਭੱਜਦੇ ਨੇ ਚਾਹ ਪੀਂਦੇ ਨੇ, ਹੁਣ ਵੀ ਮੈਨੂੰ ਯਾਦ ਤੁਸੀਂ, ਜਾਂ ਫਿਰ ਬਾਕੀ ਜਿਹੜੇ ਜਿਵੇਂ ਉਹ ਆਪਣਾ ਕੀ ਨਾਮ ਰਾਜ ਬੱਬਰ ਜੀ ਦਾ ਬੇਟਾ ਨੇ ਜਿਹੜਾ ਅਰਨ ਬੱਬਰ ਜੀ, ਉਹਨਾਂ ਦਾ ਸੀਨ ਸੀ, ਉਹ ਦੇਖ ਖੜੇ ਰਹਿੰਦੇ ਨੇ, ਉਹ ਦੇਖਦੇ ਨੇ ਇੱਕ ਫੀਲ ਜਿਹਾ ਹੁੰਦਾ ਨਾ, ਉਹ ਲੁੱਕ ਦੇ ਨਹੀਂ ਦੇਖਣਾ ਇਹ ਗਾਣੇ 'ਚ ਨਾ, ਇਸ ਗਾਣੇ ਦੇ ਕੁਛ ਸੀਨਸ ਇਸ ਤਰ੍ਹਾਂ ਹੁੰਦੇ ਨੇ, ਬੰਦਾ ਇਹ ਚਾਹੁੰਦਾ ਵੀ ਯਾਰ ਜੈਲਸ ਹੁੰਦਾ, ਐਜ਼ ਐਨ ਐਕਟਰ ਮੈਂ ਜੈਲਸ ਹੁੰਦਾ ਵੀ ਮੈਂ ਵੀ ਇਹ ਕੰਮ ਕਰਨਾ ਯਾਰ, ਬਹੁਤ ਖੂਬਸੂਰਤ ਗਾਣਾ ਆ ਪ੍ਰੋਪਰ ਪਟੋਲਾ ਫਿਲਮ ਦੇ ਵਿੱਚ ਇਸ਼ਕ ਫਹਿਮੀ ਆ, ਜੋ ਕਿ ਮਤਲਬ ਬਹੁਤ ਸੁਣਿਆ ਗਾਣਾ, ਪਹਿਲਾ ਮੈਨੂੰ ਬੰਦਾ ਮਿਲਿਆ ਜਿਹਨੇ ਅੱਜ ਤੱਕ ਕਿਹਾ ਇਸ਼ਕ ਫਹਿਮੀਆ ਗਾਣਾ, ਤੇ ਉਹ ਕਿਸੇ ਨੇ ਨਹੀਂ ਸੁਣਿਆ। ਇਸ ਤੋਂ ਵੀ ਵੱਧ ਭਾਜੀ, ਇਸ ਤੋਂ ਵੀ ਵੱਧ ਮੇਰਾ ਫੇਵਰੇਟ ਜਿਹੜਾ ਹੈਗਾ ਗਾਣਾ, ਹੈ ਨਾ, ਜੀ ਲੈਣ ਦੇ, ਓ ਵਾਹ, ਮੈਨੂੰ ਜੀ ਲੈਣ ਦੇ, ਮੇਰਾ ਫੇਵਰੇਟ ਕਿਆ ਬਾਤ ਹੈ, ਪਾਣੀ
ਪਾਣੀ ਹਾਂ ਪਾਣੀ ਕਮਰਸ਼ਲੀ ਬਹੁਤ ਹਿੱਟ ਸੀ ਬਟ ਜਿਹੜੇ ਗਾਣੇ ਦੀ ਗੱਲ ਕਰ ਰਹੇ ਉਹ ਐਕਚੁਅਲੀ ਮੇਰੇ ਦਿਲ ਦੇ ਗਰੀਬ ਆ ਮੇਰੇ ਬਹੁਤ ਗਰੀਬ ਆ ਔਰ ਮੈਂ ਜੀਲੈਂਡ ਦੇ ਮੈਂ ਬਹੁਤ ਸੁਣਦਾ ਹੁੰਦਾ ਆ ਔਰ ਇਸ਼ਕ ਫੈਮੀਆ ਵੀ ਬਹੁਤ ਸੁਣਦਾ ਹੁੰਦਾ ਫੈਮੀਆ ਵੀ ਅੱਛਾ ਸੀਗਾ ਰਾਈਟ ਸੋ ਨੀਰੂ ਜੀ ਨਾਲ ਸੀ ਹਨਾ ਜੀ ਅਦਿਤੀ ਜੀ ਜਿਵੇਂ ਜ਼ਾਹਿਰ ਜੀ ਗੱਲ ਤੁਸੀਂ ਖੁਦ ਵੀ ਮੈਂਸ਼ਨ ਕਰ ਚੁੱਕੇ ਹੋ ਮੈਂ ਅਗਲੀ ਜਿਹੜੀ ਗੱਲ ਆ ਇਹੀ ਪੁੱਛਣ ਵਾਲਾ ਸੀਗਾ ਇਹ ਦੋ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਨੇ ਆਪਣੇ ਕੰਮ ਦੇ ਵਿੱਚ ਹਨਾ ਘੱਟ ਉਮਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਆ ਨਾਜ਼ਿਮ ਭਾਅ ਜੀ ਨੇ ਵੀ ਔਰ ਯੁਵਰਾਜ ਭਾਅ ਜੀ ਨੇ ਵੀ ਸੋ ਜਦੋਂ ਇੱਦਾਂ ਦੇ ਆਰਟਿਸਟਾਂ ਨਾਲ ਅਸੀਂ ਬਹਿੰਦੇ ਹਾਂ ਉੱਠਦੇ ਹਾਂ ਉਹਨਾਂ ਦੀ ਸਹੁਬਤ ਵਿੱਚ ਬਹਿ ਕੇ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਆ ਹਨਾ ਸੋ ਆਪਣੇ ਆਪ ਨੂੰ ਤੁਸੀਂ ਐਜ਼ ਐਨ ਆਰਟਿਸਟ ਕਿੰਨਾ ਕੁ ਵੱਡਾ ਕੀਤਾ ਆ ਇਸ ਸਫ਼ਰ ਦੇ ਵਿੱਚ ਨੋ ਡਾਊਟ ਮੈਂ ਬਹੁਤ ਕੁਝ ਸਿੱਖਿਆ ਯੁਵਰਾਜ ਭਾਅ ਜੀ ਤੋਂ ਐਂ ਨਾਜ਼ਿਮ ਤੋਂ ਮੈਂ ਐਕਚੁਅਲੀ ਮੈਂ ਤਾਂ ਬਹੁਤ ਹੀ ਨਿਊ ਕਮਰ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਗੱਲ ਦਾ ਅੱਛਾ ਤੇਰੇ ਫਿਲਮਾਂ ਕਰ ਗਿਆ ਵੀ ਨਿਊ ਕਮਰ ਮੈਨੂੰ ਲੱਗਦਾ ਜਦ ਤੱਕ ਬੰਦਾ 10 ਫਿਲਮਾਂ ਨਹੀਂ ਕਰਦਾ ਤਦ ਤੱਕ ਬੰਦਾ ਨਿਊ ਕਮਰ ਹੀ ਹੁੰਦਾ ਕਿਉਂਕਿ ਹਰ ਫਿਲਮ 'ਚ ਬੰਦਾ ਕੁਛ ਨਾ ਕੁਛ ਸਿੱਖਦਾ ਤੇ ਮੈਨੂੰ ਨੋ ਡਾਊਟ ਮੈਂ 10 ਫਿਲਮਾਂ ਕਰ ਚੁੱਕੀ ਹਾਂ ਹਾਂ ਯਾਰ ਜਲਦੀ ਜਲਦੀ 10 ਫਿਲਮਾਂ ਸਾਈਨ ਕਰਾਓ ਤੋਂ ਬਾਅਦ ਨਹੀਂ ਗਾਉਂਗੀ ਮੈਂ ਬਟ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਨਾਂ ਤੋਂ ਇਹਨਾਂ ਦੀ ਹਲੀਮੀ ਯੂ ਨੋ ਬਹੁਤ ਆਪਣਾ ਪਾਨ ਸਾਰਿਆਂ ਨੂੰ ਪਿਆਰ ਦੇਣਾ ਸੈੱਟ ਤੇ ਰਹਿਣਾ ਸਾਰਿਆਂ ਨੂੰ ਬੰਨ ਕੇ ਰੱਖਣਾ ਤੇ ਇਹਨਾਂ ਤੋਂ ਮਸਤੀ ਯੂ ਨੋ ਬਹੁਤ ਸ਼ਰਾਰਤਾਂ ਸਿੱਖੀਆਂ ਤੇ ਸਭ ਨੂੰ ਯੂ ਨੋ ਖਿਲਾਣਾ ਪਿਲਾਣਾ ਤੇ ਮੈਂ ਬਹੁਤ ਸ਼ਰਾਰਤੀ ਭਾਜੀ ਵੀ ਬਹੁਤ ਨੇ ਪਰ ਭਾਜੀ ਦਾ ਫਿਰ ਵਿਆਹ ਹੋ ਗਿਆ ਰਮਜ਼ਾਨ ਚੱਲ ਰਹੀ ਸੀ ਰਾਤ ਨੂੰ ਮਹੀਨੇ ਸੋਣਾ ਹੁੰਦਾ ਸਵੇਰੇ ਖਾ ਕੇ ਕੁਛ 4 ਵਜੇ ਸੈਰੀ ਕਰਨੀ ਹੁੰਦੀ ਸੀਗੀ ਆਪਾਂ ਨਜ਼ਾਰੇ ਨਾ ਸੁੱਤੇ ਰਹੇ ਆਪਾਂ ਨੂੰ ਕਿਸੇ ਨੇ ਤੰਗ ਕੀਤਾ ਰਾਈਟ ਸੋ ਪਿੱਛੇ ਇਸ਼ਾਰੇ ਵੱਜਣ ਲੱਗ ਪਏ ਨੇ ਕਿ ਜਿਹੜੀ ਸਮੇਂ ਦੀ ਮਤਲਬ ਥੋੜੀ ਪਾਬੰਦੀ ਆ ਅਖੀਰ ਦੇ ਵਿੱਚ ਆਪਾਂ ਰੈਪਿਡ ਫਾਇਰ ਗੱਲ ਕਰਨੀ ਆ ਜਿਹਦੇ ਵਿੱਚ ਆਪਾਂ ਥੋੜਾ ਫਾਸਟ ਆਨਸਰ ਕਰਨਾ ਹੈ ਹਨਾ ਡਨ ਇਹ ਮੇਰਾ ਫੇਵਰੇਟ ਹਾਂ ਰਾਈਟ ਸੋ ਕੁਝ ਵੱਡੇ ਆਰਟਿਸਟ ਨੇ ਮਤਲਬ ਜੋ ਸਾਡੇ ਪੰਜਾਬ ਦੇ ਵਿੱਚ ਵੀ ਬਾਲੀਵੁੱਡ ਦੇ ਵਿੱਚ ਵੀ ਔਰ ਉਹ ਕਿਉਂ ਵੱਡੇ ਨੇ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਉਹਦਾ ਮਕਸਦ ਇਹ ਆ ਕਿ ਜਿਹੜੇ ਸਿੱਖਣ ਵਾਲੇ ਐਕਟਰ ਨੇ ਜਾਂ ਸਿੱਖਣ ਵਾਲੇ ਜਿਹੜੇ ਆਰਟਿਸਟ ਨੇ ਉਹ ਸਾਨੂੰ ਇਸ ਵਕਤ ਵੇਖ ਰਹੇ ਨੇ ਅਤੇ ਉਹ ਵੀ ਥੋੜ੍ਹਾ ਗੌਰ ਕਰਨ ਉਹਨਾਂ ਚੀਜ਼ਾਂ ਬਾਰੇ ਹੈ ਨਾ ਮੈਂ ਇੱਕ ਆਰਟਿਸਟ ਦਾ ਨਾਮ ਲਊਂਗਾ ਤੁਸੀਂ ਉਹਨਾਂ ਦੇ ਬਾਰੇ ਦੱਸਣਾ ਕਿ ਉਹ ਇਸ ਗੱਲ ਕਰਕੇ ਵੱਡੇ ਨੇ ਤੁਹਾਨੂੰ ਕੀ ਲੱਗਦਾ ਹਾਂ ਵੀ ਤੁਹਾਨੂੰ ਕੀ ਲੱਗਦਾ ਹੈ ਨਾ ਸਭ ਤੋਂ ਪਹਿਲਾਂ ਰਣਬੀਰ ਕਪੂਰ ਪਾਵਰਫੁਲ ਐਕਟਰ ਕੋਈ ਵੀ ਕੈਰੈਕਟਰ ਦੇ ਦਿਓ ਉਸ 'ਚ ਢਲ ਜਾਂਦਾ ਚਾਹੇ ਸੰਜੂ ਲਗਾ ਲਓ ਹੈ ਨਾ ਐਨੀਮਲ ਲਗਾ ਲਓ ਚਾਹੇ ਰੋਮਾਂਟਿਕ ਫਿਲਮ ਲਗਾ ਲਓ ਕੋਈ ਵੀ ਫਿਲਮ ਲਗਾ ਲਓ ਅਣਜਾਣਾ ਅਣਜਾਣੀ ਕੋਈ ਵੀ ਫਿਲਮ ਉਹ 'ਚ ਪਾਵਰ ਹੈਗੀ ਐਕਟਰ ਵਾਲੀ ਹਾਂ ਰੌਕ ਸਟਾਰ ਉਹ 'ਚ ਉਹ ਪਾਵਰਫੁਲ ਐਕਟਰ ਹੈ ਸ਼ਾਹਿਦ ਕਪੂਰ ਯਾਰ ਸ਼ਾਹਿਦ ਕਪੂਰ ਮੈਨੂੰ ਲੱਗਦਾ ਕਿ ਬਹੁਤ ਟੈਕਨੀਕਲ ਨੇ ਮਤਲਬ ਹੁਣ ਜਿੱਦਾਂ ਉਹਨਾਂ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ ਹੀ ਇਜ਼ ਡੂਇੰਗ ਕਮੈਂਡੇਬਲ ਮਤਲਬ ਆਪਣੀ ਲੁਕਸ ਨਾਲ ਖੇਲਦੇ ਆ ਆਪਣੇ ਡਾਇਲੋਗਸ ਨਾਲ ਆਪਣੇ ਲੈਂਗੁਏਜ ਨਾਲ ਖੇਲਦੇ ਆ ਬਹੁਤ ਚੰਗੀ ਗੱਲ ਹੈ ਬਹੁਤ ਡਾਂਸਰ ਜਿਹਦੇ ਕੋਲ ਡਾਂਸਰ ਵੀ ਆ ਹੀ ਡਾਂਸ ਸੋ ਵੈਲ ਰੀਅਲੀ ਛੋਟੀ ਹਾਈਟ ਦਾ ਬਟ ਡਾਂਸ ਕਰਦਾ ਇਹਦਾ ਜਵਾਬ ਤੁਸੀਂ ਦੇਣਾ ਹੈ ਅਰਿਜੀਤ ਸਿੰਘ ਰਣਜੀਤ ਅਰਿਜੀਤ ਸਿੰਘ ਅਰਿਜੀਤ ਸਿੰਘ ਅਰੇ ਅਰਿਜੀਤ ਸਿੰਘ ਆ ਗੜਾ ਮੈਂ ਹੁਣੀ ਰਣਬੀਰ ਕਪੂਰ ਦੀ ਗੱਲ ਹੋ ਰਹੀ ਸੀ ਮੈਂ ਥੋੜ੍ਹੀ ਦੇਰ ਪਹਿਲਾਂ ਮੈਂ ਸ਼ੁਰੂ ਤੋਂ ਹੀ ਫੈਨ ਹਾਂ ਰਣਬੀਰ ਕਪੂਰ ਦਾ ਆਈ ਜਸਟ ਲਵ ਹਿਮ ਮਤਲਬ ਮੈਨੂੰ ਬਹੁਤ ਪਸੰਦ ਆ ਉਹ ਅਤੇ ਮੈਂ ਮੇਰਾ ਦੋਸਤ ਆ ਸੱਪ ਬੈਸਟ ਫਰੈਂਡ ਆ ਮੇਰਾ ਉਹਨੂੰ ਮੈਂ ਕਹਿੰਦਾ ਸੀ ਉਹਦਾ ਨਾਂ ਸੱਪ ਆ ਅਤੇ ਮੈਂ ਕਿਹਾ ਸੱਪ ਯਾਰ ਮੇਰਾ ਨਾ ਦੋ ਜਣਿਆਂ ਨੂੰ ਨਾ ਮੈਂ ਇੱਦਾਂ ਮਿਲਣਾ ਇੱਦਾਂ ਲੰਮੇ ਪੈ ਕੇ ਵਿੱਚ ਕੇ
ਸਭ ਤੋਂ ਪਹਿਲਾਂ ਅਰੀਜੀਤ ਸਿੰਘ, ਅੱਜ ਕੱਲ੍ਹ ਦੀ ਜਨਰੇਸ਼ਨ 'ਚ, ਦੂਜਾ ਰਣਵੀਰ ਕਪੂਰ। ਕਹਿੰਦਾ ਮੇਰਾ ਮੈਂ ਸੋਚ ਮੇਰਾ, ਮੈਂ ਕਿਹਾ ਜਦੋਂ ਵੀ ਮਿਲਿਆ, ਕਦੀ ਵੀ ਰੱਬ ਨੇ ਚਾਹਿਆ, ਜਦੋਂ ਚਾਂਸ ਮਿਲਿਆ ਮੈਂ ਦੋਵਾਂ ਨੂੰ ਐਂ ਮਿਲਣਾ ਚਾਹੁੰਦਾ। ਹਾਂ, ਮਤਲਬ ਮੈਂ ਸ਼ੁਕਰ ਕਰਦਾ ਹਾਂ, ਮਤਲਬ ਅੱਲਾਹ ਦਾ ਸ਼ੁਕਰ ਹੈ ਕਿ ਮੈਂ ਉਹਨਾਂ ਨੂੰ ਦੋ ਵਾਰ ਮਿਲ ਚੁੱਕਿਆ ਹਾਂ, ਔਰ ਉਹ ਬਹੁਤ ਨਾਈਸ ਨੇ, ਔਰ ਮੈਂ ਇਹ ਦੁਆ ਕਰਦਾ ਹਾਂ ਕਿ ਹਰ ਉਹ ਇਨਸਾਨ ਜੋ ਆਰਟ ਨਾਲ ਜੁੜਿਆ ਹੋਇਆ ਉਹ ਉਹਨਾਂ ਨੂੰ ਮਿਲੇ। ਬਿਲਕੁਲ, ਕਿਉਂਕਿ ਉਹ ਬਹੁਤ ਮਤਲਬ ਉਹ ਅਲੱਗ ਹੀ ਇਨਸਾਨ ਨੇ, ਹੈ ਨਾ, ਕਮਾਲ ਦੇ। ਦੋਵੇਂ ਆਪਣੇ ਕਿੱਤਿਆਂ 'ਚ ਦੋਵੇਂ ਐਂਡ ਹੀ ਆ, ਬਸ ਕੀ ਕਹਿ ਸਕਦੇ ਹਾਂ, ਸਪੀਚਲੈਸ ਆ ਉਹਨਾਂ ਨੂੰ। ਰਾਈਟ, ਸੋ ਹੁਣ ਸਾਡੇ ਦਲਜੀਤ ਭਾਜੀ। ਦਲਜੀਤ ਭਾਜੀ ਵੈਰੀ ਹਾਰਡ ਵਰਕਿੰਗ ਬੰਦਾ, ਬਹੁਤ ਪੈਸ਼ਨੇਟ। ਉਹ ਤੁਹਾਨੂੰ ਪਤਾ ਉਹ ਇੱਦਾਂ ਦਾ ਬੰਦਾ ਆ, ਤੁਸੀਂ ਚਾਹ ਕੇ ਵੀ ਉਹਨਾਂ ਨਫ਼ਰਤ ਨਹੀਂ ਕਰ ਸਕਦੇ। ਉਹ ਆਪਣੇ ਆਪ ਨੂੰ ਐਸਾ ਵੱਡਾ ਖੜਾ ਕਰ ਦਿੰਦਾ, ਪ੍ਰੂਵ ਕਰ ਦਿੰਦਾ ਕਿ ਚੱਲ ਵੀ ਹੁਣ ਬੋਲ ਕੀ ਕਰਨਾ। ਉਹ ਮੈਨੂੰ ਬੈਸਟ ਚੀਜ਼ ਲੱਗਦੀ ਉਹਦੀ, ਸ਼ਾਂਤ ਰਹਿ ਕੇ ਕੋਈ ਕੰਟਰੋਵਰਸੀ ਨਹੀਂ ਹੁੰਦੀ ਉਹਨਾਂ ਦੀ, ਕੋਈ ਕੁਛ ਨਹੀਂ, ਆਰਾਮ ਨਾਲ ਬੰਦਾ ਆਪਣੇ ਕੰਮ ਨਾਲ ਲੱਗਾ, ਨਜ਼ਾਰੇ ਲੈਂਦਾ। ਦੈਟਸ ਦ ਬੈਸਟ ਥਿੰਗ ਅਬਾਊਟ ਹਿਮ। ਰਾਈਟ, ਪ੍ਰਿਯੰਕਾ ਚੋਪੜਾ। Oh my god, she's a global star. Je aur jehda ohna da confidence hai na yaar, te jehdi ohna di awaaz hai, I guess she's ruling the world with that. Te bahut wadiya. Amrinder Gill paaji. Awaaz. Dildariyan. Yeah. Piche ke maine sab to pehla jehdi reels banani shuru kiti si, ohna de reel banayi thi. Te ohde par mere koi 3-4 million hai ke nahi. Te sab to pehla ohna de reel banayi thi Dildariyan. Main ohna de gaane di reel banayi si, oh ਸੋਹਣੇ ਭਾਵੇਂ ਮਿਲ ਜਾਣ ਲੱਖ ਨੀ ਕਦੇ। ਉਹ ਮੈਂ ਹਜੇ ਵੀ, ਹੁਣ ਦੇਖ ਲਓ ਉਹਨੂੰ 2 ਸਾਲ ਹੋ ਗਏ ਉਸ ਰੀਲ ਨੂੰ, ਮੈਂ ਹਜੇ ਵੀ ਦਿੱਲੀ ਕਿਤੇ ਵੀ ਸ਼ੋਅ ਕਰਨਾ, ਅਰੇ ਵੋ ਵਾਲਾ ਗਾਣਾ ਸੁਣਾਓ ਪਲੀਜ਼, ਸੋਹਣੇ ਭਾਵੇਂ ਮਿਲ ਜਾਣ ਲੱਖ ਨੀ, ਹੈ ਨਾ, ਰੋਕ ਆ ਕੇ। ਉਹ ਇੱਡੇ ਪਾਵਰਫੁਲ ਲੋਕ ਨੇ। ਰਾਈਟ, ਤਪਸੀ ਪੰਨੂ ਯਾਰ, ਉਹਨਾਂ ਦੀ ਡੰਕੀ ਮੈਂ ਦੇਖੀ ਹੈ, ਬਹੁਤ ਹੀ ਕਮਾਲ ਯਾਰ, ਮਤਲਬ ਬਹੁਤ ਐਕਸਪੈਰੀਮੈਂਟ, ਇਟਸ ਵੈਰੀ ਨਾਈਸ ਯਾਰ, ਕਮੈਂਡੇਬਲ ਯਾਰ, ਜਿਸ ਤਰੀਕੇ ਨਾਲ ਆਪਣੇ ਆਪ ਨੂੰ ਰੋਲ ਦੇ ਵਿੱਚ ਢਾਲ ਲੈਂਦੇ ਆ ਨਾ, ਵਾਓ। ਐਂਡ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਹੋ ਜਿਹੇ ਲੱਗ ਰਹੇ ਆ, ਕਿੰਨਾ ਕੁ ਮੇਕਅਪ ਕਰਨਾ, ਕੀ ਪਾਉਣਾ, ਸ਼ੀ ਸੋ ਨੈਚੁਰਲ। ਨਿਮਰਤ ਖਹਿਰਾ ਮੈਂ ਮੈਨੂੰ ਪੁੱਛਿਆ ਜੀ, ਨਿਮਰਤ ਖਹਿਰਾ ਉਹਨਾਂ ਦੀ ਪਹਿਲੀ ਫਿਲਮ ਤੁਹਾਡੇ ਨਾਲ। ਹਾਂ, ਨਿਮਰਤ ਖਹਿਰਾ ਬਾਰੇ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਕੁਛ। ਨਿਮਰਤ ਖਹਿਰਾ ਗੁੱਡ ਲੁਕਿੰਗ ਗਰਲ ਜੀ। ਤੁਸੀਂ ਦੇਣਾ ਆ ਯੁਵਰਾਜ ਹੰਸ। ਯੁਵਰਾਜ ਹੰਸ ਇਸ ਸੋ ਹੰਬਲ, ਇਸ ਸੋ ਰੀਅਲ। ਨਾਜ਼ਿਮ ਭਾਜੀ ਪੋਜ਼ਿਟਿਵ, ਫੁੱਲ ਆਫ એનર્ਜੀ, ਘੈਂਟ ਬੰਦਾ। ਆਦਿਤੀ, ਦੋਨਾਂ ਨੇ ਜਵਾਬ ਦੇਣਾ ਆ। ਬਹੁਤ ਪ੍ਰੀਟੀ ਹੈ, ਬਹੁਤ ਸੋਹਣੀ ਹੈ, ਸੋਹਣੀ ਕੁੜੀ ਹੈ, ਸੋ ਮੋਟੀ ਕੁੜੀ। ਨਹੀਂ ਹੁਣ ਨਹੀਂ। ਰਾਈਟ, ਸੋ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਫਿਲਮੀ ਗੱਲਾਂ ਕੀਤੀਆਂ ਨੇ ਆਪਾਂ, ਤੁਹਾਡੀ ਫਿਲਮ ਬਾਰੇ, ਮਤਲਬ ਫਿਲਮ ਲਈ ਮੈਂ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ। ਇਹ ਫਿਲਮ ਹਿੱਟ ਹੋਵੇ, ਸੁਪਰ ਡੁਪਰ ਹਿੱਟ ਹੋਵੇ, ਫਿਰ ਇਸਦੇ ਸੈਕਿੰਡ ਪਾਰਟ ਲਈ ਆਪਾਂ ਥੈਂਕ ਯੂ ਸੋ ਮਚ, ਬਹੁਤ ਮਜ਼ਾ ਆਇਆ, ਥੈਂਕ ਯੂ ਸੋ ਮਚ। ਰਾਈਟ, ਸੋ ਸਾਡੀ ਸਟਾਰ ਕਾਸਟ ਸਾਡੇ ਨਾਲ ਮੌਜੂਦ ਸੀਗੀ ਜੀ, ਤੁਸੀਂ ਮੁੰਡਾ ਰੌਕ ਸਟਾਰ ਫਿਲਮ ਨੂੰ ਬੇਇੰਤਿਹਾ ਪਿਆਰ ਦੇਣਾ ਆ, ਔਰ ਯੁਵਰਾਜ ਭਾਜੀ ਜਿਸ ਫਿਲਮ ਦੇ ਵਿੱਚ ਹੁੰਦੇ ਨੇ ਉਹਦਾ ਮਿਊਜ਼ਿਕ ਬਹੁਤ ਕਮਾਲ ਹੁੰਦਾ ਆ। ਰੀਸੈਂਟ ਇੱਕ ਫਿਲਮ ਗੁੜੀਆ ਰਿਲੀਜ਼ ਹੋਈ ਹੈ, ਜਿਹਦਾ ਗਾਣਾ ਹੁਣ ਤੱਕ ਮੇਰੀ ਪਲੇਲਿਸਟ ਦੇ ਵਿੱਚ ਸਭ ਤੋਂ ਉੱਪਰ ਆ, ਸੋ ਤੁਸੀਂ ਮਿਊਜ਼ਿਕ ਸੁਣਨਾ ਆ ਔਰ ਇਹਦਾ ਫਿਲਮ ਵੀ ਵੇਖਣੀ ਆ, ਔਰ ਸਾਡੀ ਮੁਲਾਕਾਤ ਕਿਵੇਂ ਲੱਗੀ ਆ ਇਹ ਕੀਮਤੀ ਪ੍ਰਤੀਕਿਰਿਆ ਵੀ ਜ਼ਰੂਰ ਦੇਣੀ ਆ। ਥੈਂਕ ਯੂ ਸੋ ਮਚ।